ਵੱਡਾ ਸੈਕਸ਼ਨ ਬਹੁਤ ਵੱਡਾ ਧੜਾ ਅੱਜ ਅਕਾਲੀ ਦਲ ਦਾ ਉਹਨੇ ਕਾਂਗਰਸ ਪਾਰਟੀ ਸ਼ਮੂਲੀਅਤ ਕਰ ਲਈ ਹੈ ਔਰ ਜੋ ਵੀ ਇਨਸਾਨ ਸੋਚ ਵਾਲਾ ਇਨਸਾਨ ਹੈ ਜਿਹਦੇ ਸੀਨੇ 'ਚ ਦਿਲ ਧੜਕਦਾ ਉਹ ਇਸ ਗੱਲ ਨੂੰ ਸਮਝ ਚੁੱਕਿਆ ਹੈ ਕਿ ਪੰਜਾਬ ਨੂੰ ਜੇ ਫਿਰ ਪੰਜਾਬ ਦਾ ਕਾਰੋਬਾਰ ਦਾ ਪਹੀਆ ਚਲਾਉਣਾ ਹੈ ਪੰਜਾਬ ਦਾ ਵਪਾਰ ਚਲਾਉਣਾ ਹੈ ਪੰਜਾਬ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਕਰਨਾ ਹੈ ਪੰਜਾਬ ਦੇ ਕਿਸਾਨ ਨੂੰ ਔਰ ਮਜ਼ਦੂਰ ਨੂੰ ਫਿਰ ਬਹਾਲ ਕਰਨਾ ਹੈ ਤੋ ਅੱਜ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣਾ ਇਹ ਜ਼ਰੂਰੀ ਆ ਅਤੇ ਵਕਤ ਹੈ ਇਹ ਵਕਤ ਦੀ ਜ਼ਰੂਰਤ ਹੈ ਔਰ ਮੈਂ ਬੜਾ ਧੰਨਵਾਦ ਔਰ ਬੜਾ ਮਸ਼ਕੂਰ ਅਤੇ ਮਨਮੂਨ ਹੈ ਪ੍ਰਿਥੀਪਾਲ ਸਿੰਘ ਜਲਾਲ ਸਾਹਿਬ ਦਾ ਭੁਪਿੰਦਰ ਸਿੰਘ ਭੁੱਲਰ ਸਾਹਿਬ ਦਾ ਔਰ ਉਹਨਾਂ ਦੇ ਸਾਰੇ ਸਾਥੀਆਂ ਦਾ ਜਿਨ੍ਹਾਂ ਨੇ ਔਰ ਚਮਕੌਰ ਸਿੰਘ ਮਾਨ ਸਾਹਿਬ ਦਾ ਜਿਨ੍ਹਾਂ ਨੇ ਅੱਜ ਕਾਂਗਰਸ ਦਾ ਸਾਥ ਦੇਣ ਦਾ ਐਲਾਨ ਕੀਤਾ ਔਰ ਮੈਂ ਇਹਨਾਂ ਇਲੈਕਸ਼ਨਾਂ ਨੂੰ ਬੜੀ ਆਸ ਦੀ ਨਿਗਾਹ ਨਾਲ ਦੇਖ ਰਿਹਾ ਔਰ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਤਬਦੀਲੀ ਦੀ ਆਸ ਨਾਲ ਇਲੈਕਸ਼ਨਾਂ ਨੂੰ ਦੇਖ ਰਿਹਾ ਮਾਨ ਸਾਹਿਬ ਇੱਕ ਜੋ ਕੱਲ੍ਹ ਇੰਸੀਡੈਂਟ ਹੋਇਆ ਬੁਢਲਾਡਾ ਮੇਂ ਕਾਂਗਰਸ ਕੀ ਜੋ ਕੈਂਡੀਡੇਟ ਹੈ ਰਣਜੀਤ ਕੌਰ ਭੱਟੀ ਉਸਕਾ ਜੋ ਡਰਾਈਵਰ ਥਾ ਉਹ ਪੁਲਿਸ ਕਾ ਭਗੋੜਾ ਥਾ ਪੁਲਿਸ ਨੇ ਹੱਥਕੜੀ ਲਗਾਈ ਮਗਰ ਉਸਕੀ ਮਦਦ ਕੀ ਗਈ ਕੈਂਡੀਡੇਟ ਕੀ ਤਰਫ ਸੇ ਔਰ ਵੀਡੀਓ ਵੀ ਵਾਇਰਲ ਹੋਈ ਹੈ ਤੋ ਸਰ ਉਸਕੇ ਉੱਪਰ ਜੋ ਹੈ ਬਠਿੰਡਾ ਕੇ ਜੋ ਵਿਧਾਇਕ ਹੈ ਉਹ ਕਹਿ ਰਹੇ ਹੈ ਕਿ ਮਨਪ੍ਰੀਤ ਬਾਦਲ ਵੀ ਐਸੀ ਗੁੰਡਾਗਰਦੀ ਕਰ ਰਹੇ ਹੈ ਉਹ ਕਾਂਗਰਸ ਕਰ ਰਹੀ ਹੈ ਇਸਕੇ ਬਾਰੇ ਮੈਂ ਦੇਖੀਏ ਬਾਤ ਇਹ ਹੈ ਕਿ ਮਿਸਿਸ ਭੱਟੀ ਪੇ ਜੋ ਹਮਲਾ ਹੁਆ ਔਰ 15-20 ਆਦਮੀਓ ਨੇ ਇੱਕ ਨਿਹੱਤੀ ਔਰਤ ਪੇ ਪਹਿਲੇ ਤੋਂ ਤਸ਼ੱਦਦ ਕੀਆ ਆਜ ਵੀ ਉਹ ਸਿਵਲ ਹਸਪੀਟਲ ਮੇਂ ਦਾਖਿਲ ਹੈ ਔਰ ਜਿਨ ਲੋਗੋ ਨੇ ਉਨ ਪੇ ਹਮਲਾ ਕੀਆ ਉਹ ਥਾਣੇ ਸੇ ਭਾਗ ਗਏ ਹੈ ਤੋ ਯੇ ਤੋ ਬਿਲਕੁਲ ਵਿਪਰੀਤ ਬਾਤ ਕਹਿ ਦੀ ਔਰ ਅਗਰ ਕੋਈ ਪੀਓ ਹੈ ਤੋ ਪੀਓ ਕੋ ਅਰੈਸਟ ਕਰਨਾ ਯੇ ਤੋ ਕੋਰਟ ਕਾ ਕਾਮ ਹੈ ਪੁਲਿਸ ਕਾ ਕਾਮ ਹੈ ਯੇ ਗੁੰਡੇ ਜੋ ਹੈ ਯੇ ਕੌਣ ਹੋਤੇ ਹੈ ਅਰੈਸਟ ਕਰਨੇ ਵਾਲੇ ਔਰ ਜਬ ਅਰੈਸਟ ਹੋਤਾ ਹੈ ਤੋ ਅਰੈਸਟ ਵਾਰੰਟ ਵਗੈਰਾ ਸਾਥ ਹੋਤਾ ਹੈ ਤੋ ਅਕਾਲੀ ਦਲ ਅਭੀ ਵੀ ਗੁੰਡਾਗਰਦੀ ਪੇ ਉਤਰਾ ਹੁਆ ਹੈ ਔਰ ਬਠਿੰਡਾ ਕੇ ਵਿਧਾਇਕ ਨੇ ਜੋ ਕੋਈ ਦੋਸ਼ ਲਗਾਏ ਹੈ ਉਹ ਆਪਕੇ ਸਾਹਮਣੇ ਔਰ ਲੋਕੋ ਕੇ ਜ਼ੁਬਾਨ ਜ਼ਦੇ ਆਮ ਹੈ ਔਰ ਉਹ ਕੋਈ ਕਿਡਨੈਪਿੰਗ ਕਾ ਕੇਸ ਬਤਾ ਰਹੇ ਥੇ ਪਰ ਉਹ ਤੋ 2 ਘੰਟੇ ਬਾਅਦ ਕਾਂਗਰਸ ਪਾਰਟੀ ਮੇਂ ਸ਼ਾਮਿਲ ਹੋ ਗਏ ਅੱਜ ਦਾਣਾ ਮੰਡੀ ਮੇਂ ਉਹਨਾਂ ਨੇ ਮੀਟਿੰਗ ਕਰਾਈ ਹੈ ਬਹੁਤ ਵੱਡੀ ਮੀਟਿੰਗ ਹਾਂ ਸੋ ਦੇਖੋ ਝੂਠ ਕੇ ਪੈਰ ਨਹੀਂ ਹੋਤੇ ਔਰ ਅਕਸਰ ਸੱਚ ਨੇ ਸਾਹਮਣੇ ਆਨੇ ਹੋਤਾ ਔਰ ਮਾਹੌਲ ਇਹ ਹੈ ਕਿ ਲੋਕ ਅਕਾਲੀ ਦਲ ਸੇ ਵੱਧ ਜਾਣ ਮਿਹਰਬਾਨੀ ਥੈਂਕ ਯੂ 1969 ਤੋਂ ਅਕਾਲੀ ਦਲ ਦਾ ਲੋਇਲ ਮੈਂਬਰ ਰਿਹਾ ਅਕਾਲੀ ਦਲ ਦੇ ਸੰਤ ਫਤਿਹ ਸਿੰਘ ਤੋਂ ਲੈ ਕੇ ਜਿੰਨੇ ਵੀ ਪ੍ਰਧਾਨ ਹੋਏ ਨੇ ਮੈਂ ਸਾਰਿਆਂ ਨਾਲ ਕੰਮ ਕੀਤਾ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨਾਲ 48 ਸਾਲ ਲਗਾਤਾਰ ਕੰਮ ਕੀਤਾ ਐਮਰਜੈਂਸੀ ਦੌਰਾਨ ਜੇਲ੍ਹਾਂ ਕੱਟੀਆਂ ਧਰਮਜੋਤ ਮੋਰਚੇ 'ਚ ਜੇਲ੍ਹਾਂ ਕੱਟੀਆਂ ਕੋਈ ਵੀ ਕਿਸੇ ਕਿਸਮ ਦਾ ਸੰਘਰਸ਼ ਹੁੰਦਾ ਸੀ ਅਸੀਂ ਤਨੋ ਮਨੋ ਤਨੋ ਅਕਾਲੀ ਪਾਰਟੀ ਦਾ ਸਾਥ ਦਿੱਤਾ ਕੁਝ ਇਸ ਤਰ੍ਹਾਂ ਦੇ ਹੋ ਗਏ ਨੇ ਕਿ ਜਿਨ੍ਹਾਂ ਨੂੰ ਰਾਤ ਨੂੰ ਅਕਾਲੀ ਦਲ 'ਚ ਸ਼ਾਮਿਲ ਕੀਤਾ ਜਾਂਦਾ ਤੇ ਅਗਲੇ ਦਿਨ ਉਹਨਾਂ ਨੂੰ ਸੀਨੀਅਰ ਅਕਾਲੀ ਆਖਿਆ ਜਾਂਦਾ ਮੈਂ ਇੱਕ ਬੜੇ ਅਫਸੋਸ ਨਾਲ ਤੇ ਬੜੀ ਸੱਚਾਈ ਯੋਗ ਗੱਲ ਬਿਆਨ ਕਰਦਾ ਹਾਂ ਕਿ ਅਕਾਲੀ ਦਲ ਦੀਆਂ ਸਟੇਜਾਂ ਤੇ ਹੁਣ ਕੋਈ ਚਿੱਟੀ ਤੇ ਸਫੈਦ ਦਾੜੀ ਵਾਲਾ ਬੰਦਾ ਨਹੀਂ ਬੈਠਦਾ ਉਹ ਸਾਰੇ ਬੰਦੇ ਦਰਕਿਨਾਰ ਕੀਤੇ ਹੋਏ ਨੇ 20 ਤੋਂ 35-40 ਸਾਲ ਤੱਕ ਦੇ ਲੋਕ ਕੌਣ ਮੌਣ ਕੱਟੀਆਂ ਦਾੜੀਆਂ ਵਾਲੇ ਗੈਂਗਸਟਰ ਲੈਂਡ ਗ੍ਰੈਬਰ ਨਸ਼ਾ ਵੇਚਣ ਵਾਲੇ ਉਹ ਅਕਾਲੀ ਦਲ ਦੀਆਂ ਸਟੇਜਾਂ ਤੇ ਬਿਰਾਜਮਾਨ ਹੁੰਦੇ ਨੇ ਅੱਜ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ਦਾ ਧਾਰਿਆ ਕੀਤਾ ਲਗਭਗ ਸਾਡੇ ਦੋਸਤਾਂ ਨੇ
ਸਾਡੇ ਦੋਸਤਾਂ ਨੇ, ਸਾਡੇ ਸਾਥੀਆਂ ਨੇ, ਭੈਣਾਂ ਨੇ, ਭਰਾਵਾਂ ਨੇ, ਸਾਰਿਆਂ ਨੇ ਇਹ ਇੱਕ ਨਿਸ਼ਚਾ ਧਾਰ ਲਿਆ ਬਈ ਮਨਪ੍ਰੀਤ ਬਾਦਲ ਨੂੰ ਸਾਰੇ ਪੰਜਾਬ ਚੋਂ ਵੱਧ ਵੋਟਾਂ ਦਵਾ ਕੇ ਜਿਤਾਉਣਾ ਤੇ ਪੰਜਾਬ ਦੀ ਧਰਤੀ ਤੇ ਇੱਕ ਰਿਕਾਰਡ ਕਾਇਮ ਕਰਨਾ।